ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅਸੀਂ ਰਿਪਬਲਿਕ ਡੇ ਨੂੰ ਕਾਲਾ ਦਿਵਸ ਮਨਾਵਾਂਗੇ ਅਸੀਂ ਸਿਮਰਨ ਮਾਨ ਨੂੰ ਸਵਾਲ ਪੁੱਛਿਆ ਪਹਿਲਾਂ ਤੂੰ ਕਸਮ ਖਾਧੀ ਸੀ ਸੰਵਿਧਾਨ ਦੀ ਮੈਂਬਰ ਪਾਰਲੀਮੈਂਟ ਜਿੱਤਿਆ ਔਰ ਤੂੰ ਕਹਿ ਰਿਹਾ ਹੈ ਸੰਵਿਧਾਨ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ ਤੇ ਜਿਸ ਸੰਵਿਧਾਨ ਤੇ ਅਤਿਆਚਾਰ ਕਰ ਰਿਹਾ ਹੈ ਔਰ ਤੂੰ ਕਾਲਾ ਦਿਵਸ ਬਣਾਣਾ ਹੈ ਤੇ ਤੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਤਿਆਗ ਪੱਤਰ ਦੇ ਕੈ ਵੀ ਸੰਵਿਧਾਨ ਦੇ ਮਤਲਬਕ ਮੈਂ ਇਸ ਪਾਰਲੀਮੈਂਟ ਚ ਨਹੀਂ ਜਾਊਂਗਾ ਕਿਉਂਕਿ ਇਹਦੇ ਨਾਲ ਅਨਜਸਟਿਸ ਹੋ ਰਿਹਾ ਪਰ ਸਿਮਰਨ ਸਿੰਘ ਮਾਨ ਧੋਗਲੇ ਚਿੱਤਰ ਦੇ ਮਾਲਕ ਨੇ ਉਹ ਪਹਿਲਾਂ ਅਸੰਵਿਧਾਨ ਦੀ ਕਸਮ ਖਾਂਦੇ ਨੇ ਔਰ ਉਹਦੀ ਪਾਵਰ ਇੰਜੋਏ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋਣ ਦੀ ਜਿਹੜੀ ਤਾਕਤ ਹੈ ਉਹਨੂੰ ਇੰਜੋਏ ਕਰ ਰਹੇ ਔਰ ਦੂਜੇ ਵਾਸਤੇ ਪੰਜਾਬ ਦੇ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਗਰ ਉਹ ਸੱਚੇ ਹਿੱਤ ਸੀ ਹੈ ਤਾਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣ ਆ ਕੇ ਪੰਜਾਬ ਚ ਲੜਨ ਇਹ ਉਹ ਵਿਅਕਤੀ ਆ ਜਿਹੜਾ ਪੈਸੇ ਲੈ ਕੇ ਵਿਦੇਸ਼ਾਂ ਚ ਬਸਣ ਦੇ ਲਈ ਸਰਨ ਲੈਣ ਦੇ ਲਈ ਲੈਟਰ ਦਿੰਦਾ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਆਪਣੀ ਇੰਟਰਵਿਊ ਦੇ ਵਿੱਚ ਆਈ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਨਕੇਲ ਕੱਸਣ ਜਿਹੜੇ 26 ਜਨਵਰੀ ਨੂੰ ਇਹ ਕਾਲਾ ਦਿਵਸ ਮੰਨਣਗੇ ਕਿ ਅਸੀਂ ਪਟਿਆਲੇ ਆਪਣਾ ਮੋਗੇ ਦੇ Hindu ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਚਾਰ ਕਰਨ ਕਿ ਇਹ ਦੇ ਖਿਲਾਫ ਕੀ ਕੀਤਾ ਜਾ ਸਕਦਾ ਇਹ ਇੱਕ ਤਰਫਾ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਸਿਮਰਨ ਸਿੰਘ ਮਾਨ ਮੋਰਚਾ ਲਗਾਣਾ ਚਾਹੁੰਦੇ ਆ ਇਹ ਸਿੱਧਾ ਸਿੱਧਾ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਉਹਦੀ ਬੇਅਦਬੀ ਹੈ ਉਹਦਾ ਅਪਮਾਨ ਹੈ ਸਾਰੇ ਬਾਲਮਿਕ ਸਮਾਜ ਨੂੰ ਰਵਿਦਾਸ ਸਮਾਜ ਨੂੰ ਜਾਂ ਜਿਹੜੇ ਲੋਕ ਵੀ ਭਾਰਤ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਉਹਨਾਂ ਨੂੰ ਖੁੱਲ ਕੇ ਬਾਹਰ ਆਣਾ ਚਾਹੀਦਾ ਹੈ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਚਾਹੋ ਕਾਂਗਰਸ ਹੈ ਭਾਜਪਾ ਹੈ ਅਕਾਲੀ ਦਲ ਹੈ ਜਿਹੜੇ ਵੀ ਸਬਦਾਨ ਦੀ ਹਉਥ ਲੈਂਦੇ ਆ ਸਿਮਰਾਂਜੇ ਸਿੰਘ ਮਾਨ ਦੇ ਖਿਲਾਫ ਮੋਰਚਾ ਲੈਣਾ ਚਾਹੀਦਾ ਹੈ ਅਗਰ ਉਹ ਕਾਲਾ ਦਿਵਸ ਮਨਾਉਂਦੇ ਹੈ ਔਰ ਬਾਕੀ ਪਾਰਟੀਆਂ ਚੁੱਪ ਕਰ ਜਾਂਦੀ ਹੈ ਇਹਦਾ ਮਤਲਬ ਹੈ ਕਿ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਪੰਜਾਬ ਸਰਕਾਰ ਦੀ ਖਾਮੋਸ਼ੀ ਵੀ ਇਹ ਸਾਬਤ ਕਰੇਗੀ ਕਿ ਅਤਵਾਦੀ ਸਮਰਥਕਾਂ ਨੂੰ ਕੇਵਲ ਕਨਾਡਾ ਚ ਛੂਟ ਨਹੀਂ ਦਿੰਦੇ ਯਾਰੀ ਪੰਜਾਬ ਚ ਵੀ ਛੂਟ ਦਿੰਦੇ ਜਾ ਰਹੀ ਹੈ ਫੇ ਮਜਬੂਰਨ ਸਿਪਸਾਣਾ ਹਿੰਦੁਸਤਾਨ ਰਣਨੀਤੀ ਬਣਾਏਗੀ ਔਰ ਫਿਰ ਉਸ ਟਕਰਾਅ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ ਅਸੀਂ ਪਹਿਲਾਂ ਬਾਕੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਇਹਦੇ ਖਿਲਾਫ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇੱਕ ਜੋ ਢੋਕੇ ਰਣਨੀਤੀ ਬਣਾਓ ਜੋ ਰਣਨੀਤੀ ਨਹੀਂ ਬਣਾਣਗੇ ਉਸ ਤੋਂ ਬਾਅਦ शिवसेना ਹਿੰਦੁਸਤਾਨ ਆਪਣਾ ਰੁਖ ਸਪਸ਼ਟ ਕਰੇ। शिवसेना ਹਿੰਦੁਸਤਾਨ 13 ਦੀ 13 ਲੋਕ ਸਭਾ ਸੀਟਾਂ ਤੇ ਲੜੇਗੀ। ਆਉਣ ਵਾਲੇ ਸਮੇਂ ਚ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋ ਰਹੀ ਹੈ ਔਰ ਉਸ ਕਾਰਜਕਾਰਨੀ ਚ ਤੈਅ ਕੀਤਾ ਜਾਏਗਾ ਕਿ ਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਕਿਹੜੇ ਸੂਬਿਆਂ ਚ ਲੜਾਂਗੇ ਕਿਉਂਕਿ ਸਾਡੀ ਪਾਰਟੀ ਕੇਵਲ ਪੰਜਾਬ ਚ ਨਹੀਂ ਹੈ ਲਗਭਗ 12-13 ਰਾਜਾਂ ਚ ਹੈ ਔਰ ਅਸੀਂ ਇਹ ਖੁੱਲੇ ਆਮ ਵੀ ਕਿਹਾ ਹੈ ਕਿ ਜੇ ਭਾਰਤਿਆ ਜਨਤਾ ਪਾਰਟੀ ਜੇ ਹਿੰਦੂਤਵ ਦੇ ਆਧਾਰ 'ਤੇ ਕੰਮ ਕਰ ਰਹੀ ਹੈ ਅਗਰ ਉਹ ਸਾਡੇ ਤੋਂ ਸਾਡੇ ਨਾਲ ਵਾਰਤਾ ਕਰਦੇ ਹੈ ਗਠਜੰਬਨ ਕਰਦੇ ਹੈ ਤਾਂ ਉਸ ਵੀ ਪਾਰਟੀ ਵਿਚਾਰ ਕਰ ਸਕਦਾ। ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਅਸੀਂ ਰਿਪਬਲਿਕ ਡੇ ਨੂੰ ਕਾਲਾ ਦਿਵਸ ਮਨਾਵਾਂਗੇ। ਅਸੀਂ ਸਿਮਰਨ ਸਿੰਘ ਮਾਨ ਨੂੰ ਸਵਾਲ ਪੁੱਛਿਆ ਪਹਿਲਾਂ ਤੂੰ ਕਸਮ ਖਾਧੀ ਸੰਵਿਧਾਨ ਦੀ ਮੈਂਬਰ ਪਾਰਲੀਮੈਂਟ ਜਿੱਤਿਆ ਔਰ ਤੂੰ ਕਹਿ ਰਿਹਾ ਸੰਵਿਧਾਨ ਸਾਡੇ ਤੇ ਅਤਿਆਚਾਰ ਕਰ ਰਿਹਾ ਹੈ। ਜੇ ਸਵਿਧਾਨ ਅੰਤਰ ਤੇ ਅਤ્યાਚਾਰ ਕਰ ਰਿਹਾ ਹੈ ਔਰ ਤੁ ਕਾਲਾ ਦਿਵਸ ਬਣਾਣਾ ਹੈ ਤੇ ਤੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੀ ਸੀਟ ਛੱਡ ਤਿਆਗ ਪੱਤਰ ਦੇ ਕਹਿ ਵੀ ਸਵਿਧਾਨ ਦੇ ਮੁਤਾਬਕ ਮੈਂ ਇਸ ਪਾਰਲੀਮੈਂਟ ਚ ਨਹੀਂ ਜਾਊਂਗਾ ਕਿਉਂਕਿ ਇਹਦੇ ਨਾਲ ਅਨਜਸਟਿਸ ਹੋ ਰਿਹਾ ਪਰ ਸਿਮਰਨ ਸਿੰਘ ਮਾਨ ਧੋਗਲੇ ਚਿੱਤਰ ਦੇ ਮਾਲਕ ਨੇ ਉਹ ਪਹਿਲਾਂ ਸਵਿਧਾਨ ਦੀ ਕਸਮ ਖਾਂਦੇ ਨੇ ਔਰ ਉਹਦੀ ਪਾਵਰ ਇੰਜੋਏ ਕਰ ਰਹੇ ਮੈਂਬਰ ਪਾਰਲੀਮੈਂਟ ਹੋਣ ਦੀ ਜਿਹੜੀ ਤਾਕਤ ਆ ਉਹਨੂੰ ਇੰਜੋਏ ਕਰ ਰਹੇ ਆਂ ਔਰ ਦੂਜੇ ਵਾਸਤੇ ਪੰਜਾਬ ਦੇ ਸਿੱਖ ਲੋਕਾਂ ਨੂੰ ਗੁੰਮਰਾਹ ਕਰ ਰਹੇ ਆਂ ਅਗਰ ਉਹ ਸੱਚੇ ਹਿੱਤ ਅਸੀਂ ਹੈ ਤਾਂ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਦੇਣ ਆ ਕੇ ਪੰਜਾਬ ਚ ਲੜਨ ਇਹ ਉਹ ਵਿਅਕਤੀ ਆ ਜਿਹੜਾ ਪੈਸੇ ਲੈ ਕੇ ਵਿਦੇਸ਼ਾਂ ਚ ਬਸਣ ਦੇ ਲਈ ਸਰਨ ਲੈਣ ਦੇ ਲਈ ਲੈਟਰ ਦਿੰਦਾ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੀ ਆਪਣੀ ਇੰਟਰਵਿਊ ਦੇ ਵਿੱਚ ਆਈ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਨਕੇਲ ਕੱਸਣ ਜੋ 26 ਜਨਵਰੀ ਨੂੰ ਇਹ ਕਾਲਾ ਦਿਵਸ ਮਨਣਗੇ ਕਿ ਅਸੀਂ ਪਟਿਆਲੇ ਆਪਣਾ ਮੋਗੇ ਦੇ ਹਿੰਦੂ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਚਾਰ ਕਰਨ ਕਿ ਇਹ ਦੇ ਖਿਲਾਫ ਕੀ ਕੀਤਾ ਜਾ ਸਕਦਾ ਹੈ ਇਹ ਇੱਕ ਤਰਫਾ ਮੈਚ ਨਹੀਂ ਹੋਣਾ ਚਾਹੀਦਾ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਖਿਲਾਫ ਸਿਮਰਨ ਸਿੰਘ ਮਾਨ ਮੋਰਚਾ ਲਗਾਣਾ ਚਾਹੁੰਦੇ ਹੈ ਇਹ ਸਿੱਧਾ ਸਿੱਧਾ ਬਾਬਾ ਸਾਹਿਬ ਅੰਬੇਦਕਰ ਦਾ ਸੰਵਿਧਾਨ ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ ਉਹਦੀ ਬੇਅਦਬੀ ਹੈ ਉਹਦਾ ਅਪਮਾਨ ਹੈ ਸਾਰੇ ਬਾਲਮਿਕ ਸਮਾਜ ਨੂੰ ਰਵੀਦਾਸ ਸਮਾਜ ਨੂੰ ਜਾਂ ਜਿਹੜੇ ਲੋਕ ਵੀ ਭਾਰਤ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਖੁੱਲ ਕੇ ਬਾਹਰ ਆਣਾ ਚਾਹੀਦਾ ਹੈ ਚਾਹੋ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ ਚਾਹੋ ਕਾਂਗਰਸ ਹੈ ਭਾਜਪਾ ਹੈ ਅਕਾਲੀ ਦਲ ਹੈ ਜਿਹੜੇ ਵੀ ਸੰਵਿਧਾਨ ਦੀ ਹਉਥ ਲੈਂਦੇ ਹਨ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਮੋਰਚਾ ਲੈਣਾ ਚਾਹੀਦਾ ਹੈ ਅਗਰ ਉਹ ਕਾਲਾ ਦਿਵਸ ਮਨਾਉਂਦੇ ਹੈ ਔਰ ਬਾਕੀ ਪਾਰਟੀਆਂ ਚੁੱਪ ਕਰ ਜਾਂਦੀਆਂ ਇਹਦਾ ਮਤਲਬ ਹੈ ਕਿ ਉਹਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਔਰ ਪੰਜਾਬ ਸਰਕਾਰ ਦੇ ਖਾਮੋਸ਼ੀ ਵੀ ਇਹ ਸਾਬਤ ਕਰੇਗੀ ਕਿ ਅਤਵਾਦੀ ਸਮਰਥਕਾਂ ਨੂੰ ਕੇਵਲ ਕनाडा 'ਚ ਛੂਟ ਨਹੀਂ ਦਿੱਤੀ ਯਾਰੀ ਪੰਜਾਬ 'ਚ ਵੀ ਛੂਟ ਦਿੱਤੇ ਜਾ ਰਹੀ ਹੈ ਤੇ ਮਜਬੂਰਨ ਸਿਪਸਾਨਾ ਹਿੰਦੁਸਤਾਨ ਰਣਨੀਤੀ ਬਣਾਈ ਗਈ ਔਰ ਫਿਰ ਉਸ ਟਕਰਾਅ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਏ ਅਸੀਂ ਪਹਿਲਾਂ ਬਾਕੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਵੀ ਇਹਦੇ ਖਿਲਾਫ ਜੇ ਸਰਕਾਰ ਕਾਰਵਾਈ ਨਹੀਂ ਕਰਦੀ ਤੇ ਇੱਕ ਜੋ ਟੋਕੇ ਰਣਨੀਤੀ ਬਣਾਓ ਜੋ ਰਣਨੀਤੀ ਨਿਭਾਣਗੇ ਉਸ ਤੋਂ ਬਾਅਦ शिवसेना ਹਿੰਦੁਸਤਾਨ ਆਪਣਾ ਰੁਖ ਸਪਸ਼ਟ ਕਰੇਗੀ शिवसेना ਹਿੰਦੁਸਤਾਨ 13 ਦੀ 13 ਲੋਕ ਸਭਾ ਸੀਟਾਂ ਤੇ ਲੜੇਗੀ ਆਉਣ ਵਾਲੇ ਸਮੇਂ 'ਚ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋ ਰਹੀ ਹੈ ਔਰ ਉਸ ਕਾਰਜਕਾਰਨੀ 'ਚ ਤੈਅ ਕੀਤਾ ਜਾਏਗਾ ਕਿ ਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਕਿਹੜੇ ਸੂਬਿਆਂ 'ਚ ਲੜਾਂਗੇ ਕਿਉਂਕਿ ਸਾਡੀ ਪਾਰਟੀ ਕੇਵਲ ਪੰਜਾਬ 'ਚ ਨਹੀਂ ਹੈ ਲਗਭਗ 12-13 ਰਾਜਾਂ 'ਚ ਹੈ ਔਰ ਅਸੀਂ ਇਹ ਖੁੱਲੇ ਆਮ ਵੀ ਕਿਹਾ ਕਿ ਜੇ ਭਾਰਤਿਆ ਜਨਤਾ ਪਾਰਟੀ ਜੇ ਹਿੰਦੂਤਵ ਦੇ ਅਗਜੇ ਕੰਮ ਕਰ ਰਹੀ ਹੈ ਅਗਰ ਉਹ ਸਾਡੇ ਤੋਂ ਸਾਡੇ ਨਾਲ वार्ता ਕਰਦੇ ਆ ਗਠਜੰਬਨ ਕਰਦੇ ਆ ਤਾਂ ਉਸ ਵੀ ਪਾਰਟੀ ਵਿਚਾਰ ਕਰ ਸਕਦੇ